ਬੋਲੋ। ਹਾਂਜੀ, ਮੈਂ ਬੋਲੋ, ਮੈਂ ਕਿਹਾ ਬੋਲੋ। ਕੀ ਬੋਲਣਾ, ਫੋਨ ਤਾਂ ਤੁਸੀਂ ਕੀਤਾ ਸਵੇਰੇ। ਸਾਡਾ ਫੋਨ ਉਹ ਮੈਂ ਕੀਤੇ ਸੀ ਦੋ ਤਿੰਨ ਫੋਨ, ਤੁਸੀਂ ਕਹਿੰਦਾ ਚੱਕ ਲਿਆ ਸੀ। ਕਿੱਥੇ ਹੋ ਹੁਣ? ਆਉਣਾ ਆਉਣਾ ਕਿ ਨਹੀਂ ਆਉਣਾ? ਕਿੱਥੇ ਆਣਾ? ਕੰਮ ਜਾਂ ਲਪੇਟ ਜਾਂਦੇ ਹੋ ਜਿਹੜਾ ਪਿੰਡ ਕਿਤੇ ਦੇ? ਮੈਂ ਤਾਂ ਤੁਹਾਨੂੰ ਕਹਿੰਦੀ ਆ ਮੇਰੀ ਯਾਰ ਐਕਟਿਵਾ ਦੇ ਦੋ। ਚਲੋ ਠੀਕ ਆ ਜੀ, ਓਕੇ। ਤੂੰ ਤਾਂ ਪੁੱਠੀ ਗੱਲ ਤੂੰ ਤਾਂ ਪੁੱਠੀ ਗੱਲ ਕਰਦੀ ਆ ਅੱਗੋਂ। ਮੈਂ ਤੈਨੂੰ ਕੀ ਸਵਾਲ ਕਰਦਾ? ਤੂੰ ਐਕਟਿਵਾ ਤੇ ਤੇਰੀ ਸੂਈ ਅੜੀ ਹੋਈ ਹੈ, ਐਕਟਿਵਾ ਦੇ ਦੋ ਪਹਿਲਾਂ, ਫੇਰ ਕੰਮ ਬਣ ਗਾ ਫ੍ਰੀ ਹੋਣਾ। ਤੂੰ ਕੱਲ ਫੋਨ ਕੀਤਾ ਸੀਗਾ ਨਾ, ਫਿਰ ਮੈਂ ਹੁਣ ਦਿੱਲੀ ਛਾਲ ਮਾਰ ਕੇ ਆ ਜਾਂਦਾ? ਮੈਂ ਤੁਹਾਨੂੰ ਕਿਹਾ ਸੀਗਾ, ਮੈਂ ਕਿਹਾ ਮੈਂ ਤੁਹਾਡਾ ਕੰਮ ਕਰ ਚੁੱਕੀ ਆ, ਹੁਣ ਦੱਸ ਕਿੱਥੇ ਆਵਾਂ ਫੜਨ, ਕਿੱਥੇ ਆਉਣਾ ਜਾਣਾ? ਤੇ ਹੁਣ ਰੁਕ ਜਾਓ, ਕਿਉਂ? ਮੈਂ ਤੁਹਾਨੂੰ ਫੋਨ ਮਾਰ ਦਿੰਦੀ ਆ ਜਾਓ ਤੁਸੀਂ ਫਿਰ। ਹੁਣ ਕੀ ਹੋ ਗਿਆ? ਹੁਣ ਤੂੰ ਜਿੱਥੇ ਆ ਗਿਆ ਹੁਣ ਦੱਸ, ਮੈਂ ਆ ਜਾਣਾ, 2 ਮਿੰਟ ਲੱਗਣੇ ਫੜਾ ਕੇ ਤੂੰ ਵਾਪਸ ਆ ਜਾਈਂ 2 ਮਿੰਟ ਜੀ। ਨਹੀਂ ਨਹੀਂ ਮੈਂ ਫੜਾ ਦੂੰਗੀ, ਮੈਨੂੰ ਉੱਤੇ ਵਿਸ਼ਵਾਸ ਨਹੀਂ ਹੈਗਾ। ਦੱਸ ਤੁਹਾਡੇ ਕੋਲੋਂ ਕਦੇ ਭੱਜੀ ਆ? ਤੂੰ ਤਾਂ ਐਵੇਂ ਯਾਰ, ਹੋਰ ਮੈਨੂੰ ਮੈਨੂੰ ਨਾ ਸਾਰੀ ਇਹਨਾਂ ਗੱਲਾਂ 'ਚ ਮੈਨੂੰ ਚੰਗਾ ਜਿਹਾ ਨਹੀਂ ਲੱਗਦਾ ਹੈਗਾ। ਠੀਕ ਆ, ਮੈਂ ਵਿਸ਼ਵਾਸ ਨਾ ਵਿਸ਼ਵਾਸ ਵਾਲੀ ਗੱਲ ਨਹੀਂ ਕਰਦਾ, ਇਹਦਾ ਕੰਮ ਨਿਬੜ ਜੇ ਠੀਕ ਰਹਿੰਦਾ। ਜੇ ਤੁਸੀਂ ਨਿਬੇੜਦਾ ਤਾਂ ਦੱਸੋ, ਜੇ ਨਹੀਂ ਨਿਬੇੜਦਾ ਤਾਂ ਦੱਸੋ, ਮੈਂ ਨਾ ਕਹਾਂ ਤੁਹਾਨੂੰ। ਬਸ ਮੈਂ ਵਾਰ ਵਾਰ ਨਾ ਆਪਣੇ ਆਪ ਨੂੰ ਫੀਲ ਕਰਦਾ ਵੀ ਮੈਂ ਫੁੱਦੂ ਜਗ੍ਹਾ ਪਿੱਛੇ ਇੰਨੀ ਵਾਰੀ ਕਹਿ ਚੁੱਕਿਆ। ਅੱਛਾ ਜੀ, ਗੁੱਸਾ ਨਾ ਤੁਹਾਨੂੰ ਤਾਂ ਆਏ ਕਿ ਮੈਂ ਤੁਹਾਡਾ ਫੋਨ ਨਹੀਂ ਅਟੈਂਡ ਕੀਤਾ ਨਾ ਸਵੇਰੇ, ਤੁਸੀਂ ਮੈਨੂੰ ਮੈਨੂੰ ਕੋਈ ਮੈਨੂੰ ਨਹੀਂ ਯਾਰ, ਨਹੀਂ ਨਹੀਂ ਕੋਈ ਗੁੱਸਾ ਨਹੀਂ। ਮੈਂ ਤਾਂ ਕਿਸੇ ਹੋਰ ਕੰਮ 'ਚ ਬਿਜੀ ਹੋ ਗਿਆ ਸੀ, ਕੋਈ ਡੈਥ ਹੋ ਗਈ ਸੀ, ਮੈਂ ਸੰਸਕਾਰ ਦੇ ਚਲਾ ਗਿਆ। ਅੱਛਾ, ਮੈਂ ਕਿਹਾ ਤੁਸੀਂ ਨਾ ਵੈਸੇ ਵੀ ਗੁੱਸਾ ਬੜੇ ਹੁੰਦੇ ਹੋ ਮੇਰੇ ਤੇ, ਕੱਲ ਵੀ ਤੂੰ ਤਾਂ ਮੇਰੀ ਆਦਤ ਹੀ ਏਦਾਂ, ਮੇਰੀ ਆਦਤ ਸਰ ਮੇਰੀ ਆਦਤ ਹੀ ਏਦਾਂ ਦੀ ਹੈ। ਮੈਨੂੰ ਨਾ ਮੈਨੂੰ ਸਾਰਾ ਝੂਠ ਤੇ ਲਿਚਕ ਡਿੱਚੀਆਂ ਇਹ ਚੰਗੀਆਂ ਨਹੀਂ ਲੱਗਦੀਆਂ। ਜਿਹੜਾ ਜਿਹੜਾ ਕੰਮ ਮੈਨੂੰ ਦੋ ਤਿੰਨ ਆਦਤ ਨੇ, ਜਿਹੜਾ ਕੰਮ ਕਰਨਾ ਅਗਲੇ ਦਾ ਕਰਕੇ ਪਰਾਂ ਕਰੋ। ਜੇ ਤੁਸੀਂ ਨਹੀਂ ਕਰ ਸਕਦੇ ਤਾਂ ਅਗਲੇ ਨੂੰ ਜਵਾਬ ਦੇ ਦੋ ਕਿ ਮੇਰੇ ਵੱਸ ਦੀ ਗੱਲ ਨਹੀਂ, ਕੋਈ ਹੋਰ ਦਰਵਾਜ਼ਾ ਖੜਕਾ। ਬਸ ਮੇਰੀ ਗੱਲ ਸੁਣੋ, ਜਿਹੜਾ ਮੇਰਾ ਤੁਹਾਡਾ ਪੇਂਡਿੰਗ ਕੰਮ ਆ ਓਕੇ, ਰਿਪੋਰਟ ਹੈਗੀ ਆ ਓਕੇ ਰਿਪੋਰਟ, ਤਾਂ ਫਿਰ ਦੱਸ ਕਿੱਥੇ ਕਹਿੰਦੇ ਆ ਉੱਥੇ ਜਾਣਾ ਤੁਹਾਨੂੰ ਨਾ ਸ਼ਾਮ ਤੱਕ ਤੁਹਾਨੂੰ। ਅਜੇ ਮੈਂ ਥੋੜਾ ਜਿਹਾ ਨਹੀਂ ਦਿਲ ਕਰਦਾ ਮੇਰਾ ਬਾਹਰ ਨਿਕਲਣ ਨੂੰ, ਲੱਤਾਂ ਬਾਂਹ ਬੜੀਆਂ ਦਰਦ ਕਰਦੀ ਪਈ। ਮੈਂ ਤੁਹਾਨੂੰ ਤੂੰ ਜਿੱਥੇ ਜਿੱਥੇ ਤੂੰ ਆ ਉੱਥੇ ਮੈਂ ਆ ਜਾਣਾ, ਤੂੰ ਨਾ ਨਿਕਲ ਬਾਹਰ, ਮੈਂ ਆ ਜਾਣਾ, ਤੂੰ ਪੈ ਰਹਿ ਬੈਡ ਤੇ। ਅੱਛਾ, ਤੇ ਦੂਜੀ ਗੱਲ ਤੁਸੀਂ ਜਿਹੜਾ ਦੂਜਾ ਸਵਾਲ ਤੁਸੀਂ ਮੈਨੂੰ ਕੀਤਾ ਸੀਗਾ, ਠੀਕ ਆ ਨਾ? ਹਾਂ ਨਹੀਂ ਉਹ ਨਹੀਂ ਮੈਂ ਕਰਦਾ, ਉਹ ਨਹੀਂ ਮੈਂ ਕਰਦਾ, ਬਸ ਹੋਰ ਦੱਸੋ। ਮੈਂ ਨਹੀਂ ਕਰਦਾ ਸਵਾਲ ਤੁਹਾਨੂੰ ਕੋਈ ਵੀ, ਹੋਰ ਹੋਰ ਤੁਸੀਂ ਤੁਸੀਂ ਖੁਸ਼ ਰਹੋ, ਮੈਂ ਤੁਹਾਨੂੰ ਕੋਈ ਸਵਾਲ ਨਹੀਂ ਕਰਦਾ। ਆ ਜਿਹੜਾ ਕੰਮ ਮੇਰਾ ਪੈਂਡਿੰਗ ਹੈ ਇਹਨੂੰ ਤੂੰ ਪੂਰਾ ਕਰ ਦੋ ਬਸ। ਹਾਂ ਇਹਨੂੰ ਮੈਂ ਪੂਰਾ ਕਰ ਦਿੰਦੀ, ਇਹ ਤੇਰਾ ਮੇਰਾ ਵਾਅਦਾ। ਫਿਰ ਫੜਾ ਦੇ ਫਿਰ ਹੁਣੀ, ਦੱਸ ਕਿੱਥੇ ਆ? ਮੈਂ ਫੜਾ ਦੂੰ ਯਾਰ, ਇੰਨਾ ਕਾਲ ਹੀ ਨਾ ਚੱਲਿਆ ਕਰੋ ਤੁਸੀਂ ਯਾਰ, ਫਿਰ ਮੈਂ ਬਿਜੀ ਹੋ ਜਾਣਾ। ਮੈਂ ਮੇਰੀ ਸੁਣ ਲਾ ਗੱਲ, ਮੈਂ ਹੁਣ ਇੱਥੋਂ ਬਾਅਦ ਹੁਣ ਮੈਂ ਖੰਨੇ ਜਾਣਾ ਹੈ, ਮੈਨੂੰ ਪਤਾ ਨਹੀਂ ਉੱਥੇ 4 ਵਜੇ 5 ਵਜੇ ਨੂੰ ਕਿੰਨਾ ਟਾਈਮ ਲੱਗੇ। ਤੁਸੀਂ ਇਹ ਕਹਿੰਦੇ ਕਿ ਲੇਟ ਹੋ ਜਾ, ਫਿਰ ਕੀ ਫਾਇਦਾ? ਗੱਲ ਆ ਮੈਂ ਲੁਧਿਆਣਾ ਛੱਡ ਕੇ ਭੱਜਣ ਲੱਗੇ ਬਸ, ਦੱਸੋ। ਚਲੋ ਠੀਕ ਆ ਜੀ, ਹਾਂ ਤਾਂ ਮੇਰੇ ਓਕੇ। ਹੈਲੋ ਹੈਲੋ, ਕਿੱਥੇ ਹੋ? ਘਰ ਆਇਆ ਆਪਣੇ। ਬੜਾ ਤੁਹਾਨੂੰ ਗੁੱਸਾ ਬੜਾ ਆਉਂਦਾ ਮੇਰੇ ਤੇ, ਹੈ ਨਾ? ਮੇਰਾ ਸਿਰ ਸੂਰੀ ਪਾੜ ਦੋ, ਗਲਾ ਗੁਲਾ ਹੀ ਦਵਾ ਦੋ ਮੇਰਾ। ਝੂਠ ਤਾਂ ਨੀ ਬੋਲਿਆ, ਸਾਰੀ ਸਚਾਈ ਦੱਸੀ ਆ। ਤੁਸੀਂ ਕਹਿੰਦੇ ਮੈਨੂੰ ਝੂਠ ਬੋਲਣ ਵਾਲਾ ਈ ਸਰ, ਜੇ ਮੈਂ ਝੂਠ ਬੋਲਣਾ ਹੁੰਦਾ ਨਾ ਤੁਹਾਨੂੰ ਪਹਿਲੇ ਦਿਨ ਹੀ ਝੂਠ ਬੋਲ ਦੇਣਾ ਤਾਂ। ਮੈਂ ਤੇਰੀ ਗੱਲ ਨੀ, ਮੈਂ ਰੂਟੀਨ ਦੀ ਗੱਲ ਕਰਦਾ। ਯਾਰ ਕੋਈ ਬੰਦੇ ਨੀ, ਮੈਂ ਆਪਣੀ ਗੱਲ ਕਰਦੀ ਆ। ਤੁਹਾਡੇ ਕੋਲ ਤਾਂ 50 ਆਂਦੇ, ਮੈਂ 50 ਦੀ ਥੋੜੀ ਗੱਲ ਕਰੂੰਗੀ, ਮੈਂ ਤਾਂ ਆਪਣੀ ਗੱਲ ਕਰੂੰਗੀ ਨਾ। ਤੁਸੀਂ ਮੈਨੂੰ ਦੱਸ ਦਿਓ ਕਿੰਨੇ ਵਜੇ ਫ੍ਰੀ ਆ, ਮੈਂ 9 ਵਜੇ ਤੁਹਾਨੂੰ ਕਾਲ ਕਰ ਲੂੰਗਾ। ਪਹਿਲਾਂ ਮੈਂ ਮੇਰੀ ਗੱਲ ਸੁਣੋ, ਕਦੇ ਤੁਸੀਂ ਮੇਰੇ ਨਾਲ ਇੰਨੇ ਪਿਆਰ ਨਾਲ ਗੱਲ ਕਰਦੇ, ਕਦੇ ਤੁਸੀਂ ਮੈਨੂੰ ਮੇਰਾ ਸਿਰ ਪਾੜਨ ਤੱਕ ਜਾਂਦੇ ਆ? ਉਹੀ ਮੇਰਾ ਸੁਭਾਅ ਹੀ ਇਦਾਂ ਦਾ, ਕਦੇ ਮੇਰੇ ਬਿਨਾਂ ਤੁਹਾਡਾ ਦਿਲ ਨਹੀਂ ਲੱਗਦਾ ਹੈਗਾ, ਕਦੇ ਕਦੇ ਤੁਸੀਂ ਸੈਡ ਹੋ ਜਾਂਦੇ ਹੋ, ਕੀ ਚੱਕਰ ਆ? ਮੇਰੇ ਨਾਲ ਟੈਲੀਫੋਨ ਤੇ ਕੋਈ ਓਹੋ ਜਿਹੀ ਗੱਲ ਨੀ ਕਰਨੀ, ਮੈਂ ਆਪੀ ਗੱਲ ਕਰ ਲੂੰਗਾ ਜਾ ਕੇ ਸਾਹਮਣੇ। ਪੱਕਾ? ਤੇ ਤੂੰ ਚਲੋ ਘਰੋਂ ਫ੍ਰੀ ਹੋ ਕੇ ਨਿਕਲੋ, ਫਿਰ ਮੈਨੂੰ ਫੋਨ ਮਾਰੋ।
ਜਦ ਮੈਂ ਕੰਮ ਕਿਹਾ ਸੀ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਚਲੋ ਮੈਂ 4 ਵਜੇ ਆਉਣਾ ਫਿਰ 4 ਵਜੇ ਡਾ ਦੇਣਾ ਓਕੇ ਬਾਏ ਕੀ ਗੱਲ ਫੋਨ ਨਹੀਂ ਕਰਦੇ ਪਏ ਹੈਗੇ ਤੁਸੀਂ ਯਾਰ ਇੰਨਾ ਗੁੱਸੇ ਕਾਹਨੂੰ ਹੁੰਦੇ ਰਹਿੰਦੇ ਪਹਿਲਾਂ ਮੈਨੂੰ ਇਹ ਦੱਸੋ ਮੈਂ ਤੁਹਾਡੇ ਚੱਕਰ ਚ ਨਾ ਕਰਦੀ ਫਿਰ ਤੁਹਾਨੂੰ ਪਤਾ ਮੈਂ ਪੇਮੈਂਟ ਪੂਮੈਂਟ ਦਾ ਹਿੱਲਾ ਕਰਦੀ ਫਿਰਦੀ ਆ ਤਾਂ ਪ੍ਰੋਬਲਮ ਆ ਰਹੀ ਆ ਤੁਸੀਂ ਕਿਹੜਾ ਸਮਝਦੇ ਹੋ ਵੀ ਦੱਸ ਕੱਲੀ ਕੁੜੀ ਆ ਨਾ ਕੋਈ ਹੈਗਾ ਅੱਗੇ ਪਿੱਛੇ ਨਾ ਪਾਸ ਸਮਝਣ ਦੀ ਪ੍ਰੋਬਲਮ
ਬੋਲੋ ਬਸ ਠੀਕ ਹੈ ਚਲੋ ਗੱਲ ਕਿੱਥੇ ਹੋ ਮੈਂ ਘਰ ਆ ਆਪਣੇ ਆਏ ਹਾਏ ਹੋਰ ਮੈਂ ਫੁੱਦੂ ਆ ਜਿਹੜਾ ਸੜਕ ਤੇ ਖੜਾ ਹੁੰਦਾ ਅਜੇ ਤੂੰ ਘਰੇ ਤੂੰ ਲੱਗਣੀ ਮੈਂ 10 ਮਿੰਟ ਚ ਆ ਗਈ 10 ਮਿੰਟ ਤਾਂ ਹੋ ਵੀ ਗਏ ਪਤਾ ਐਕਚੁਅਲੀ ਯਾਰ ਮੈਂ ਹੁਣ ਕੀ ਕਰਾਂ ਯਾਰ ਮੇਰੇ ਸਿਰ ਬੜਾ ਦਰਦ ਕਰਦਾ ਵੀ ਮੈਂ ਕੀ ਕਰਾਂ ਤੂੰ ਘੋੜੇ ਪੱਗ ਬੰਨਣੀ ਹੈ ਤੂੰ ਅੱਖਾਂ ਦੇ ਪਾਣੀ ਮਾਰ ਕੇ ਇੱਧਰ ਆ ਜਾ ਜਿਹੜੀਆਂ ਡੁਗਰੀ ਵਾਲੀਆਂ ਲਾਈਟਾਂ ਨੇ ਉੱਥੇ ਖੜਾ ਮੈਂ ਠੀਕ ਹੈ ਕਿੱਥੇ ਭਲਾ ਦੁਗਰੇ ਦੀ ਲਾਟਾ ਕਿਸੇ ਨੂੰ ਪੁੱਛ ਲੂੰਗੀ ਅੱਜ ਕੱਲ੍ਹ ਤਾਂ ਦਿਮਾਗ ਵੀ ਨੀ ਕੰਮ ਕਰਦਾ ਜਦ ਦਾ ਮੂੰਹ ਟਿਕ ਗਿਆ ਜਿਹੜ ਤੂੰ ਤਾਂ ਠਰਕ ਭੋਰਨ ਦੇ ਲੱਗੀ ਹੋਈ ਆ ਮੈਂ ਕਹਿੰਦਾ ਛੇਤੀ ਆ ਜਾ ਉਹ ਆ ਰਹੀ ਆ ਗੁਰੂ ਮੰਨਿਆ ਕਰ ਆ ਰਹੀ ਆ ਹੁਣ ਰੁਕ ਜਾ ਮੈਂ 5-7 ਮਿੰਟ ਡਿੱਗਣਾ ਆ ਜਾ ਛੇਤੀ ਓਕੇ